ਤੁਸੀਂ ਵੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਬਟਾਲਾ ਦੇ ਵਿੱਚ ਹੋਏ ਪਿੰਡ ਟਿਲਵਾਂ ਦੇ ਵਿੱਚ ਸਾਬਕਾ ਸਰਪੰਚ ਦੇ ਕਤਲ ਦੀ ਸੋ ਲਗਾਤਾਰ ਵਾਰਦਾਤਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤੇ ਫਿਲਹਾਲ ਦੀ ਗੱਲ ਕੀਤੀ ਜਾਏ ਤਾਂ ਵੱਡੀ ਖਬਰ ਸਾਹਮਣੇ ਆਈ ਹੈ। ਬਟਾਲਾ ਦੇ ਪਿੰਡ ਟਿਲਵਾਂ ਦੇ ਵਿੱਚ ਸਾਬਕਾ ਸਰਪੰਚ ਦਾ ਕਤਲ ਕੀਤਾ ਗਿਆ, ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਦਲਵੀਰ ਸਿੰਘ ਦਾ। ਐਮ ਦੇ ਵੱਡੀ ਖਬਰ ਦੀ ਗੱਲ ਕਰ ਰਹੇ ਹਾਂ, ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਹਮਲੇ ਤੋਂ ਬਾਅਦ ਦਲਵੀਰ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ। ਤੇ ਵੱਡੀ ਖਬਰ ਬਟਾਲਾ ਦੇ ਪਿੰਡ ਟਿਲਵਾਂ ਤੋਂ ਜਿੱਥੇ ਕਿ ਸਿਵਲ ਹਸਪਤਾਲ ਦੇ ਵਿੱਚ ਹੀ ਉਸਦੀ ਮੌਤ ਹੋ ਗਈ ਤੇ ਸਿਵਲ ਹਸਪਤਾਲ ਦੇ ਵਿੱਚ ਹੀ ਅੰਤਿਮ ਸੰਸਕਾਰ ਕੀਤਾ ਜਾਏਗਾ। ਮਾਮਲੇ ਦੇ ਵਿੱਚ ਜੁੜ ਚੁੱਕੀ ਹੈ ਪੂਰੀ ਪੁਲਿਸ ਕਿ ਕੁਝ ਮਸਲਾ ਹੈਗਾ। ਹਾਲਾਂਕਿ ਦੱਸ ਦਈਏ ਕਿ ਇਹ ਬਟਾਲਾ ਦੇ ਪਿੰਡ ਟਿਲਵਾਂ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਕੀਤਾ ਗਿਆ ਕਤਲ ਦੱਸਿਆ ਜਾ ਰਿਹਾ। ਹਾਲਾਂਕਿ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਖੋ ਵੱਖ ਅਹੁਦਿਆਂ 'ਤੇ ਤੈਨਾਤ ਸੀ ਸਰਪੰਚ, ਜਿਸਦੀ ਤਸਵੀਰ ਵੀ ਤੁਹਾਨੂੰ ਵਿਖਾਈ ਜਾ ਰਹੀ ਹੈ। ਸਾਬਕਾ ਸਰਪੰਚ ਦਲਬੀਰ ਸਿੰਘ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਦਲਬੀਰ ਸਿੰਘ ਦਾ। ਅਕਾਲੀ ਦਲ ਤੋਂ ਸਾਬਕਾ ਸਰਪੰਚ ਸੀ ਅਤੇ ਵੱਖੋ ਵੱਖ ਅਹੁਦਿਆਂ 'ਤੇ ਤੈਨਾਤ ਸੀ ਦਲਬੀਰ ਸਿੰਘ। ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਕਰ ਦਿੱਤਾ। ਸਾਰੇ ਮਾਮਲੇ ਦੀ ਜਾਂਚ ਵਿੱਚ ਜੁਟ ਚੁੱਕੀ ਹੈ ਪੁਲਿਸ ਕਿ ਅਸਲ ਦੇ ਵਿੱਚ ਇਹ ਮਸਲਾ ਕੀ ਹੈ, ਕਿਉਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਐਮ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ, ਬਟਾਲਾ ਦਾ ਪਿੰਡ ਟਿਲਵਾਂ ਜਿੱਥੇ ਕਿ ਸਾਬਕਾ ਸਰਪੰਚ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਦਲਬੀਰ ਸਿੰਘ ਦਾ ਕਤਲ ਕੀਤਾ ਗਿਆ। ਐਮ ਤੇ ਵੱਡੀ ਖਬਰ ਦੀ ਗੱਲ ਕਰ ਰਹੇ ਹਾਂ, ਹਮਲੇ ਤੋਂ ਬਾਅਦ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਦਲਬੀਰ ਸਿੰਘ ਨੂੰ ਪਰ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ। ਤੇ ਵੱਡੀ ਖਬਰ ਦੀ ਗੱਲ ਕਰ ਰਹੇ ਜਿੱਥੇ ਦਲਬੀਰ ਸਿੰਘ ਨਾਂ ਦਾ ਸਾਬਕਾ ਸਰਪੰਚ ਜਿਸਦਾ ਗੋਲੀਆਂ ਮਾਰ ਕੇ ਪਿੰਡ ਵਾਸੀਆਂ ਦੇ ਵੱਲੋਂ ਕਤਲ ਕੀਤਾ ਗਿਆ। ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਇਸ ਸੰਸਕਾਰ ਦੀ ਖਬਰ ਵੀ ਸਾਹਮਣੇ ਆਈ ਹੈ। ਬਟਾਲਾ ਦਾ ਪਿੰਡ ਟਿਲਵਾਂ ਜਿੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਹਾਲਾਂਕਿ ਕਿਉਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਜਿਹੀ ਕਿ ਨੌਬਤ ਆ ਚੁੱਕੀ ਕਿ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਇਹ ਕੌਣ ਸਨ ਪਿੰਡ ਵਾਸੀ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਇਲਾਜ ਦੇ ਲਈ। ਇਸ ਬਾਬਤ ਸਾਡੇ ਨਾਲ ਭੋਪਾਲ ਸਿੰਘ ਮੌਜੂਦ ਨੇ। ਜੀ ਕੀ ਕੁਝ ਜਾਣਕਾਰੀ ਭੋਪਾਲ ਸਿੰਘ ਤੁਹਾਡੇ ਕੋਲ, ਅਸਲ ਦੇ ਵਿੱਚ ਮਸਲਾ ਕੀ, ਕਿਉਂ ਪਿੰਡ ਵਾਸੀਆਂ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ? ਜੀ ਇਹ ਪੁਰਾਣੀ ਰੰਜਸ ਦਾ ਇੱਕ ਮਸਲਾ ਦੱਸਿਆ ਜਾ ਰਿਹਾ ਹੈ ਤੇ ਬਟਾਲਾ ਦੇ ਨਜ਼ਦੀਕੀ ਕੋਟਲੀ ਸੂਰਤਮਲੀ ਥਾਣਾ ਦੇ ਅਧੀਨ ਪੈਂਦਾ ਢਿਲਵਾਂ ਪਿੰਡ ਹੈ ਜਿੱਥੇ ਦਲਬੀਰ ਸਿੰਘ ਜੋ ਕਿ ਅਕਾਲੀ ਸਰਪੰਚ ਰਹਿ ਚੁੱਕੇ ਨੇ ਸਾਬਕਾ, ਉਹ ਤੇ ਨਾਲ ਹੀ ਅਕਾਲੀ ਦਲ ਦੇ ਵਿੱਚ ਕਈ ਅਹੁਦਿਆਂ ਦੇ ਵੀ ਤੈਨਾਤ ਰਹੇ ਨੇ, ਸ਼ੂਗਰ ਗੇਨ ਦੇ ਇਹ ਮੈਂਬਰ ਵੀ ਸਨ। ਤਾਂ ਇਹਨਾਂ ਦਾ ਦੇਰ ਸ਼ਾਮ ਇਹ ਘਰ ਤੋਂ ਰੋਟੀ ਖਾ ਕੇ ਤੇ ਬਾਹਰ ਸੈਰ ਕਰਨ ਵਾਸਤੇ ਨਿਕਲੇ ਸਨ ਤੇ ਉਦੋਂ ਹੀ ਇਹਨਾਂ ਦੇ ਉੱਤੇ ਪਿੰਡ ਦੇ ਹੀ ਕੁਛ ਲੋਕਾਂ ਨੇ ਹਮਲਾ ਕੀਤਾ ਹੈ ਜਿਸ ਦੇ ਵਿੱਚ ਤੇਜ਼ ਧਾਰ ਹਥਿਆਰਾਂ ਨੇ ਇਹਨਾਂ ਨੂੰ ਜ਼ਖਮੀ ਕੀਤਾ ਤੇ ਬਾਅਦ ਵਿੱਚ ਗੋਲੀਆਂ ਮਾਰ ਦਿੱਤੀਆਂ। ਤਾਂ ਇਹਨਾਂ ਨੂੰ ਜਦ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜ਼ਖਮੀ ਹਾਲਤ 'ਚ ਅੰਮ੍ਰਿਤਸਰ ਲੈ ਕੇ ਗਏ ਹੋਸਪਿਟਲ ਤਾਂ ਉੱਥੇ ਜਾ ਕੇ ਇਹਨਾਂ ਦੀ ਮੌਤ ਹੋ ਗਈ। ਤਾਂ ਕਿਤੇ ਨਾ ਕਿਤੇ ਪੁਰਾਣੀ ਰੰਜਸ ਨੂੰ ਲੈ ਕੇ ਹੀ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਪਿੰਡ ਦੇ ਲੋਕ ਹੀ ਦੱਸੇ ਜਾ ਰਹੇ ਹਨ ਜਿਹਨਾਂ ਦੇ ਵੱਲੋਂ ਇਹ ਸਾਰੀ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਤਾਂ ਹੁਣ ਪੁਲਿਸ ਦੇ ਵੱਲੋਂ 302 ਦਾ ਕੇਸ ਦਰਜ ਕਰਕੇ ਅਗਲੀ ਜਾਂਚ ਦੀ ਜਿਹੜੀ ਹੈ ਉਹ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਉਹਨਾਂ ਵੱਲੋਂ। ਕਿੰਨੇ ਕੁ ਲੋਕ ਸਨ ਤੇ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਭੋਪਾਲ ਸਿੰਘ, ਜੇਕਰ ਜਾਣਕਾਰੀ ਹੋਵੇ ਤਾਂ? ਦੱਸਣਾ ਚਾਹਾਂਗਾ ਗੁਰਜੋਤ ਕਿ ਦਲਬੀਰ ਸਿੰਘ ਜੋ ਨੇ ਇਹ ਘਰ ਦੇਰ ਸ਼ਾਮ ਆਪਣੇ ਘਰੋਂ ਰਾਤ ਦੀ ਰੋਟੀ ਖਾ ਕੇ ਤੇ ਬਾਹਰ ਸੈਰ ਕਰਨ ਵਾਸਤੇ ਨਿਕਲੇ ਸਨ ਤੇ ਸੈਰ ਕਰਦਿਆਂ ਦੌਰਾਨ ਹੀ ਇਹਨਾਂ ਦੇ ਉੱਤੇ ਹਮਲਾ ਹੋਇਆ ਹੈ। ਫਿਲਹਾਲ ਕਿੰਨੇ ਲੋਕ ਸਨ ਇਹਨਾਂ ਦੇ ਬਾਰੇ ਹਾਲੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਪੁਲਿਸ ਵੱਲੋਂ ਅਤੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਕੇਸ ਦਰਜ ਕਰਕੇ ਅਗਲੀ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਦੇ ਲਈ ਭੋਪਾਲ ਸਿੰਘ ਸਾਡੇ ਨਾਲ। ਸੋ ਕੁੱਲ ਮਿਲਾ ਕੇ ਆਪਸੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਦਲਬੀਰ ਸਿੰਘ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਰਾਤ ਦੀ ਰੋਟੀ ਖਾਣ ਤੋਂ ਬਾਅਦ ਸੈਰ ਕਰਨ ਦੇ ਲਈ ਜਦੋਂ ਦਲਬੀਰ ਸਿੰਘ ਨਿਕਲੇ ਆਪਣੇ ਘਰੋਂ ਤਾਂ ਉਸ ਵੇਲੇ ਪਿੰਡ ਵਾਸੀਆਂ ਦੇ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਜਦੋਂ ਹਸਪਤਾਲ ਲਿਜਾਇਆ ਗਿਆ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਮਨ੍ਹਾ ਕਰ ਦਿੱਤਾ ਕਿ ਇਸ ਦੀ ਮੌਤ ਹੋ ਚੁੱਕੀ ਹੈ। ਅਗਰਵਾਲ ਲਿਵਰ ਅਤੇ ਗੱਟ ਸੁਪਰ ਸਪੈਸ਼ਲਿਟੀ ਹਸਪੀਟਲ ਜੇਪੀ ਨਗਰ ਜਲੰਧਰ, ਇੱਥੇ ਹਰ ਤਰ੍ਹਾਂ ਦੀ ਪੇਟ ਤੇ ਲਿਵਰ ਦੀਆਂ ਬਿਮਾਰੀਆਂ ਜਿਵੇਂ ਪੀਲੀਆ, ਖੂਨ ਦੀ ਉਲਟੀ, ਪਿੱਤੇ ਦੀ ਪੱਥਰੀ ਅਤੇ ਪੇਟ ਤੇ ਲਿਵਰ ਦੇ ਕੈਂਸਰ ਦਾ ਇਲਾਜ ਵਿਦੇਸ਼ੀ ਤਕਨੀਕ ਨਾਲ ਮਾਹਿਰ ਡਾਕਟਰਾਂ ਵੱਲੋਂ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਸੰਪਰਕ ਕਰੋ 0181 502 0070।